ਜਦੋਂ ਤੁਸੀਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰੋਗੇ ਸਿੱਖਾਂ ਅਤੇ ਮੁਸਲਮਾਨਾਂ 'ਤੇ, ਉਦੋਂ ਇਹ ਦੋਨੋਂ ਪਾਰਟੀਆਂ ਇੱਕ ਹੋ ਜਾਣਗੀਆਂ। ਬੀਜੇਪੀ ਨੇ ਦਬਾਅ ਪਾਇਆ, ਉਸ ਤੋਂ ਬਾਅਦ ਸਾਨੂੰ ਅਟੈਕ ਕਰਨਾ ਪਿਆ, ਉਸ ਤੋਂ ਬਾਅਦ ਸਿੱਖਾਂ ਨੂੰ ਵਿੱਚੋਂ ਕੱਢ ਕੇ ਜਿਹੜਾ ਮਾਰਨਾ ਪਿਆ, ਇਹ ਕਾਂਗਰਸ ਦੇ ਜਿਹੜੇ ਬਿਆਨ ਨੇ, ਤੁਸੀਂ ਕਿੰਨਾ ਟਰੂ ਮੰਨਦੇ ਹੋ? ਤੁਸੀਂ ਉਸ ਵੇਲੇ ਸੀਗੇ ਆਫਿਸਰ, ਸੀਗੇ IPS ਆਫਿਸਰ, ਸੀਗੇ ਸਾਰੀਆਂ ਕੁਛ ਚੀਜ਼ਾਂ ਦੇਖ ਰਹੇ ਸੀ। ਜਿਹੜੀ ਹਿੰਦੂ ਨੈਸ਼ਨਲ ਪਾਲਿਸੀ ਹੁੰਦੀ ਹੈ, ਇਹ BJP ਵੀ ਅਤੇ ਕਾਂਗਰਸ ਵੀ ਉਹਨੂੰ ਫੋਲੋ ਕਰਦੀ ਹੈ। ਜੇ ਇੰਦਰਾ ਗਾਂਧੀ ਨੇ ਬਲੂ ਸਟਾਰ ਕਰਾਇਆ ਅਤੇ ਵਾਜਪਾਈ ਸਾਹਿਬ ਨੇ ਕਿਹਾ ਕਿ ਇਹ ਤਾਂ ਸਾਡੀ ਦੁਰਗਾ ਮਾਤਾ, ਅਤੇ ਅਡਵਾਨੀ ਸਾਹਿਬ BJP ਵਾਲੇ ਕਹਿੰਦੇ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਸਿੱਖਾਂ ਨੂੰ ਮਾਰਿਆ ਇਹ ਆ ਜਿਹੜੇ ਹੁਣੇ ਮੈਂ ਨਾਂ ਦੱਸੇ ਹੈ। ਜਦੋਂ ਕਾਂਗਰਸ ਨੂੰ ਪੁੱਛੀਏ, ਉਹ ਕਹਿੰਦੇ ਕਿ ਅਸੀਂ ਕਿਵੇਂ ਕਹਿ ਸਕਦੇ ਹਾਂ ਇਹ ਤਾਂ ਨੈਸ਼ਨਲ ਪਾਲਿਸੀ ਹੈ, ਕਿ ਨੈਸ਼ਨਲ ਪਾਲਿਸੀ ਦੇ ਖਿਲਾਫ ਨਾ ਤਾਂ BJP ਬੋਲੂਗੀ ਅਤੇ ਨਾ ਅਸੀਂ ਬੋਲਾਂਗੇ। ਸੋ ਮੇਰਾ ਮਤਲਬ, ਜਿੰਨਾ ਚਿਰ ਸਿੱਖ ਹਿੰਦੁੱਤਵ ਦੇ ਨਾਲ ਜੁੜੇ ਰਹਿਣਗੇ, ਸਾਡੀ ਗੱਲ ਬਤੌਰ ਇੱਕ ਵੱਖਰੀ ਕੌਮ ਹੋ ਨਹੀਂ ਸਕਦੀ ਹੈਗੀ। ਜੂਨ 1984 ਜਦੋਂ ਵੀ ਆਉਂਦਾ ਹੈ ਚੇਤੇ, ਤਾਂ ਸਿੱਖਾਂ ਦੇ ਕਾਲਜੇ ਜਿਹੜੇ ਨੇ ਵਰੁੰਦੇ ਜਾਂਦੇ ਨੇ। ਤਾਂ ਬੀਤੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀਗੇ, ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜੋ ਕੁਛ ਕਾਂਗਰਸ ਨੇ ਕੀਤਾ ਉਸ ਦੀ ਮੁਆਫ਼ੀ ਮੰਗੀ ਹੈ ਕਾਂਗਰਸ ਨੇ, ਪਰ ਜਿਹੜਾ BJP ਨੇ ਕੀਤਾ, RSS ਨੇ ਕੀਤਾ, ਉਸ ਦੀ ਮੁਆਫ਼ੀ ਉਹਨਾਂ ਨੂੰ ਮੰਗਣੀ ਚਾਹੀਦੀ ਹੈ। ਇਸ ਉੱਤੇ ਅਸੀਂ ਚਰਚਾ ਕਰਾਂਗੇ, ਗੱਲਬਾਤ ਕਰਾਂਗੇ, ਕਿਉਂਕਿ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਇੱਕ ਆਫਿਸਰ ਸੀਗੇ, IPS ਆਫਿਸਰ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਉਸ ਚਾਰੀਆਂ ਚੀਜ਼ਾਂ ਨੂੰ ਲੈ ਕੇ। ਤਾਂ ਸੰਗਰੂਰ ਤੋਂ ਸਾਬਕਾ ਮੈਂਬਰ ਆਫ ਪਾਰਲੀਮੈਂਟ ਨੇ, ਗੱਲਬਾਤ ਕਰਾਂਗੇ। ਮਾਨ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਿਆਨ ਦਿੱਤਾ ਕਿ ਕਾਂਗਰਸ ਨੇ ਜੋ ਕੁਛ ਕੀਤਾ, ਅਟੈਕ ਕਰਵਾਇਆ, ਸਿੱਖਾਂ ਨੂੰ ਮਾਰਿਆ, ਉਸ ਦੀ ਅਸੀਂ ਮਾਫ਼ੀ ਮੰਗ ਲਈ, ਕਹਿੰਦੇ ਜੋ ਕੁਛ BJP ਨੇ RSS ਨੇ ਧੱਕੇ ਨਾਲ ਦਬਾਅ ਦੇ ਕੇ ਕਰਵਾਇਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਵੀ ਇਸ ਚੀਜ਼ ਨੂੰ ਦੇਖ ਕੇ ਅਸਤੀਫਾ ਦਿੱਤਾ ਸੀ ਆਪਣੀ ਨੌਕਰੀ ਤੋਂ। BJP ਨੇ ਤਾਂ ਬਹੁਤ ਜ਼ੁਲਮ ਕੀਤਾ। Washington DC ਦੇ ਕਲੱਬ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਸਾਰਾ ਭਾਂਡਾ ਫੋੜਤਾ, ਦੱਸਤਾ ਕਿ ਸਿੱਖਾਂ ਦੇ ਉੱਤੇ ਜਬਰ ਹੋ ਰਿਹਾ। ਅਤੇ ਇਸ ਤੋਂ ਪਹਿਲਾਂ ਉਹਨਾਂ ਦੀ ਮੰਮੀ ਜਿਹੜੀ ਸੋਨੀਆ ਗਾਂਧੀ ਜੀ ਹੈ, ਉਹਨਾਂ ਕੋਲ ਵੀ ਮੈਂ ਪਾਰਲੀਮੈਂਟ 'ਚ ਗਿਆ ਸੀਗਾ। ਹੁਣੇ 2-3 ਮਹੀਨੇ ਹੋਏ ਹੈ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ, ਅਤੇ ਮੈਂ ਦੱਸਿਆ ਸੀਗਾ ਕਿ ਇਹ ਜਿਹੜੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਮੋਦੀ ਸਰਕਾਰ ਮਰਵਾ ਰਹੀ ਹੈ, ਜਿਵੇਂ ਕੈਨੇਡਾ ਦੇ ਵਿੱਚ ਮਰਵਾ ਤੇ ਹੈਗੇ ਆ ਤਿੰਨ ਸਿੰਘ, ਨਿੱਜਰ ਸਾਹਿਬ ਮਲਿਕ ਅਤੇ ਸੁਖਦੂਤ ਸਿੰਘ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ, ਅਤੇ ਪਾਕਿਸਤਾਨ ਦੇ ਵਿੱਚ ਲਖਵੀਰ ਸਿੰਘ ਰੋਡੇ, ਅਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਦੇ ਵਿੱਚ ਮੂਸੇਵਾਲ। ਤਾਂ ਜਿਹੜੇ ਇਲੈਕਸ਼ਨਸ ਨਹੀਂ ਕਰਾ ਰਹੇ ਸਾਡੇ SCPC ਦੇ 87 ਦੇ ਗੁਰਦੁਆਰਿਆਂ ਦੇ, 14-14 ਸਾਲ ਹੋ ਗਏ ਹੈ ਕਿ ਇੱਕੋ ਇੱਕ ਐਕਟ ਹੈ 1925 ਦੇ ਵਿੱਚ ਜਿਹੜਾ ਬਣਿਆ, ਜਿਹਦੇ ਵਿੱਚ ਬੀਬੀਆਂ ਨੂੰ ਵੀ ਵੋਟਰ ਬਣਾਉਣ ਦਾ ਹੱਕ ਦਿੱਤਾ ਗਿਆ, ਅਤੇ ਸਾਡੇ ਤਾਂ ਸਾਰੇ ਹੱਕ ਹਕੂਕ ਜਮਹੂਰੀਅਤ 'ਤੇ ਮਾਰੇ ਜਾਂਦੇ ਹੈਗੇ ਆ। ਮਾਨ ਸਾਹਿਬ, ਇਸ 'ਚ ਕਿੰਨਾ ਕੁ ਟਰੂ ਹੈ ਜਿਹੜਾ ਤੁਸੀਂ ਇਹਨਾਂ ਨੇ ਕਿਹਾ, ਚੰਨੀ ਸਾਹਿਬ ਨੇ, ਕਿ BJP ਨੇ ਦਬਾਅ ਪਾਇਆ, ਉਸ ਤੋਂ ਬਾਅਦ ਸਾਨੂੰ ਅਟੈਕ ਕਰਨਾ ਪਿਆ, ਉਸ ਤੋਂ ਬਾਅਦ ਸਿੱਖਾਂ ਨੂੰ ਵਿੱਚੋਂ ਕੱਢ ਕੇ ਜਿਹੜਾ ਮਾਰਨਾ ਪਿਆ, ਇਹ ਕਾਂਗਰਸ ਦੇ ਜਿਹੜੇ ਬਿਆਨ ਨੇ, ਤੁਸੀਂ ਕਿੰਨਾ ਕੁ ਟਰੂ ਮੰਨਦੇ ਹੋ? ਤੁਸੀਂ ਉਸ ਵੇਲੇ ਸੀਗੇ ਆਫਿਸਰ, ਸੀਗੇ IPS ਆਫਿਸਰ, ਸੀਗੇ ਸਾਰੀਆਂ ਕੁਛ ਚੀਜ਼ਾਂ ਦੇਖ ਰਹੇ ਸੀਗੇ। ਦੇਖੋ, ਐਂ ਹੈ ਕਿ ਇਹ ਹਿੰਦੂ ਨੇਸ਼ਨ ਹੈ, ਅਤੇ ਜਿਹੜੀ ਹਿੰਦੂ ਨੈਸ਼ਨਲ ਪਾਲਿਸੀ ਹੁੰਦੀ ਹੈ,
ਇਹ ਬੀਜੇਪੀ ਵੀ ਅਤੇ ਕਾਂਗਰਸ ਵੀ ਉਹਨੂੰ ਫੋਲੋ ਕਰਦੀ ਹੈ। ਜੇ ਇੰਦਰਾ ਗਾਂਧੀ ਨੇ ਬਲੂ ਸਟਾਰ ਕਰਾਇਆ ਅਤੇ ਵਾਜਪਾਈ ਸਾਹਿਬ ਨੇ ਕਿਹਾ ਕਿ ਇਹ ਤਾਂ ਸਾਡੀ ਦੁਰਗਾ ਮਾਤਾ ਹੈ, ਅਤੇ ਅਡਵਾਨੀ ਸਾਹਿਬ ਬੀਜੇਪੀ ਵਾਲੇ ਕਹਿੰਦੇ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਹੁਣ ਜਦੋਂ ਸਿੱਖਾਂ ਨੂੰ ਮਾਰਿਆ ਇਹ ਆ ਜਿਹੜੇ ਹੁਣੇ ਮੈਂ ਨਾਂ ਦੱਸੇ ਹੈ, ਜਦੋਂ ਕਾਂਗਰਸ ਨੂੰ ਪੁੱਛੀਏ ਉਹ ਕਹਿੰਦੇ ਜੀ ਅਸੀਂ ਕਿਵੇਂ ਕਹਿ ਸਕਦੇ ਹਾਂ ਤਾਂ ਨੈਸ਼ਨਲ ਪੋਲਿਸੀ ਹੈ, ਕਿ ਨੈਸ਼ਨਲ ਪੋਲਿਸੀ ਦੇ ਖਿਲਾਫ ਨਾ ਤਾਂ ਬੀਜੇਪੀ ਬੋਲੂਗੀ ਅਤੇ ਨਾ ਅਸੀਂ ਬੋਲਾਂਗੇ। ਸੋ ਮੇਰਾ ਮਤਲਬ ਜਿੰਨਾ ਚਿਰ ਸਿੱਖ ਹਿੰਦੁੱਤਵ ਦੇ ਨਾਲ ਜੁੜੇ ਰਹਿਣਗੇ ਸਾਡੀ ਗੱਲ ਬਤੌਰ ਇੱਕ ਵੱਖਰੀ ਕੌਮ ਹੋ ਨਹੀਂ ਸਕਦੀ ਹੈਗੀ। ਅਤੇ ਇਹ ਨੈਸ਼ਨਲ ਪੋਲਿਸੀ ਹੈ ਹਿੰਦੁੱਤਵ ਦੀ, ਬੇਸ਼ੱਕ ਤੁਸੀਂ ਕਾਂਗਰਸ ਦੇ ਵਿੱਚ ਹੋਵੋਗੇ, ਬੇਸ਼ੱਕ ਤੁਸੀਂ ਬੀਜੇਪੀ RSS ਦੇ ਵਿੱਚ ਹੋਵੋਗੇ, ਜਦੋਂ ਤੁਸੀਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰੋਗੇ ਸਿੱਖਾਂ ਅਤੇ ਮੁਸਲਮਾਨਾਂ 'ਤੇ, ਉਦੋਂ ਇਹ ਦੋਨੋਂ ਪਾਰਟੀਆਂ ਇੱਕ ਹੋ ਜਾਣਗੀਆਂ। ਮਾਨ ਸਾਹਿਬ, ਅਟੈਕ ਦੀ ਮੁਆਫ਼ੀ ਕਹਿੰਦੇ ਨਾ ਤਾਂ ਹੈ, ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ। ਕਾਂਗਰਸ ਕਹਿ ਰਹੀ ਹੈ ਕਿ ਅਸੀਂ ਮਾਫ਼ੀ ਮੰਗ ਲਈ, ਕਾਂਗਰਸ ਨੇ ਸਾਰੀ ਨੇ, ਚੰਨੀ ਸਾਹਿਬ ਨੇ ਕਿਹਾ ਜਿਸ ਤਰੀਕੇ ਨਾਲ, ਬੀਜੇਪੀ ਨੂੰ ਫਿਰ ਜੇ ਮਾਫ਼ੀ ਮੰਗਦੀ ਹੈ, RSS ਮਾਫ਼ੀ ਮੰਗਦੀ ਹੈ, ਫਿਰ ਮਾਫ਼ੀ ਦਿੱਤੀ ਜਾਏਗੀ ਸਿੱਖ ਕੌਮ ਵੱਲੋਂ? ਇਹ ਤਾਂ ਫਿਰ ਇਹ STPC ਦੇ ਇਲੈਕਸ਼ਨਸ ਹੋਣਗੇ ਅਤੇ ਫਿਰ ਸਾਡੇ ਨਵੇਂ ਮੈਂਬਰ ਬਣਨਗੇ, ਉਹੀ ਦੱਸ ਸਕਦੇ। ਤੁਸੀਂ ਸੋਚਦੇ ਹੋ ਕਿ ਮਾਫ਼ੀ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਨੂੰ, ਬੀਜੇਪੀ ਨੂੰ, ਜੇ ਉਹਨਾਂ ਨੇ ਦਬਾਅ ਪਾਇਆ, ਅਟੈਕ ਹੋਇਆ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੇ ਕਰਵਾਇਆ ਸਾਰਾ ਕੁਛ? ਹਾਂ, ਮੈਂ ਤਾਂ ਸਹਿਮਤ ਹੋਊਂਗਾ, ਆਪਣਾ ਬਹੁ ਗਿਣਤੀ ਜਿਹੜੇ ਇਲੈਕਟਿਡ ਮੈਂਬਰਸ ਆਉਣਗੇ ਜੋ ਫੈਸਲਾ ਕਰਨਗੇ। ਠੀਕ, ਅੱਜ ਕਾਲੇ ਪਾਣੀ ਨੂੰ ਲੈ ਕੇ ਇਕੱਠੇ ਹੋਏ ਹੋ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਪਾਣੀ ਦੇ ਉੱਤੇ ਜਿਹੜੀ ਹੈ ਕਿੱਲਤ ਹੋ ਰਹੀ ਹੈ, ਪਾਣੀ ਗੰਦਲਾ ਹੋਈ ਜਾ ਰਿਹਾ, ਖਰਾਬ ਹੋ ਰਿਹਾ, ਕਹਿੰਦੇ ਨਸਲਾਂ ਨਹੀਂ ਬਚਣੀਆਂ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਕੀ ਇਸ ਦੇ ਵਿੱਚ ਰੋਡ ਗੱਲ ਅੰਦਰ ਜਾ ਕੇ ਕਰ ਲਾਂਗੇ ਹੁਣ, ਹੈ ਨਾ? ਠੀਕ ਹੈ, ਠੀਕ ਹੈ। ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਸੀਗੇ, ਗੱਲਬਾਤ ਕੀਤੀ ਹੈ। ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜੋ ਇੱਕ ਕਿਤਾਬ ਹੈ ਮਾਈ ਕੰਟਰੀ ਮਾਈ ਲਾਈਫ, ਉਸ ਦੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਨੇ ਕਿ ਧੱਕੇ ਦੇ ਨਾਲ ਦਬਾਅ ਪਾ ਕੇ ਕਾਂਗਰਸ ਦੇ ਉੱਤੇ ਅਟੈਕ ਕਰਵਾਇਆ ਗਿਆ ਦਰਬਾਰ ਸਾਹਿਬ ਦੇ ਉੱਤੇ। ਮਾਨ ਸਾਹਿਬ ਹੋਰਾਂ ਦਾ ਬਿਆਨ ਸੀ ਕਿ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕਿਹੜੀਆਂ ਚੀਜ਼ਾਂ ਹੋਈਆਂ ਸੀਗੀਆਂ, ਤਾਂ ਇਸ ਦੀ ਮੁਆਫ਼ੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ? ਇਸ ਦੇ ਉੱਤੇ IGPC ਦੀਆਂ ਇਲੈਕਸ਼ਨ ਦੀਆਂ ਚੋਣਾਂ ਹੋਣਾ ਚਾਹੀਦੀਆਂ, ਉਸ ਦੇ ਵਿੱਚ ਜੋ ਵੱਧ ਗਿਣਤੀ ਦੇ ਵਿੱਚ ਗੱਲਾਂ ਕੀਤੀਆਂ ਜਾਣਗੀਆਂ ਉਸ ਨਾਲ ਮੈਂ ਸਹਿਮਤ ਹੋਵਾਂਗਾ। ਜਦੋਂ ਤੁਸੀਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰੋਗੇ ਸਿੱਖਾਂ 'ਤੇ ਮੁਸਲਮਾਨਾਂ 'ਤੇ, ਉਦੋਂ ਇਹ ਦੋਨੋਂ ਪਾਰਟੀਆਂ ਇੱਕ ਹੋ ਜਾਣਗੀਆਂ। ਬੀਜੇਪੀ ਨੇ ਦਬਾਅ ਪਾਇਆ, ਉਸ ਤੋਂ ਬਾਅਦ ਸਾਨੂੰ ਅਟੈਕ ਕਰਨਾ ਪਿਆ, ਉਸ ਤੋਂ ਬਾਅਦ ਸਿੱਖਾਂ ਨੂੰ ਵਿੱਚੋਂ ਕੱਢ ਕੇ ਜਿਹੜਾ ਮਾਰਨਾ ਪਿਆ, ਇਹ ਕਾਂਗਰਸ ਦੇ ਜਿਹੜੇ ਬਿਆਨ ਨੇ, ਤੁਸੀਂ ਕਿੰਨਾ ਟਰੂ ਮੰਨਦੇ ਹੋ? ਤੁਸੀਂ ਉਸ ਵੇਲੇ ਸੀਗੇ ਆਫਿਸਰ, ਸੀਗੇ IPS ਆਫਿਸਰ, ਸੀਗੇ ਸਾਰੀਆਂ ਕੁਛ ਚੀਜ਼ਾਂ ਦੇਖ ਰਹੇ ਸੀ। ਜਿਹੜੀ ਹਿੰਦੂ ਨੈਸ਼ਨਲ ਪੋਲਿਸੀ ਹੁੰਦੀ ਹੈ ਇਹ ਬੀਜੇਪੀ ਵੀ ਅਤੇ ਕਾਂਗਰਸ ਵੀ ਉਹਨੂੰ ਫੋਲੋ ਕਰਦੀ ਹੈ। ਜੇ ਇੰਦਰਾ ਗਾਂਧੀ ਨੇ ਬਲੂ ਸਟਾਰ ਕਰਾਇਆ ਅਤੇ ਵਾਜਪਾਈ ਸਾਹਿਬ ਨੇ ਕਿਹਾ ਕਿ ਇਹ ਤਾਂ ਸਾਡੀ ਦੁਰਗਾ ਮਾਤਾ ਹੈ, ਅਤੇ ਅਡਵਾਨੀ ਸਾਹਿਬ ਬੀਜੇਪੀ ਵਾਲੇ ਕਹਿੰਦੇ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਸਿੱਖਾਂ ਨੂੰ ਮਾਰਿਆ ਇਹ ਆ ਜਿਹੜੇ ਹੁਣੇ ਮੈਂ ਨਾਂ ਦੱਸੇ ਹੈ, ਜਦੋਂ ਕਾਂਗਰਸ ਨੂੰ ਪੁੱਛੀਏ ਉਹ ਕਹਿੰਦੇ ਜੀ ਅਸੀਂ ਕਿਵੇਂ ਕਹਿ ਸਕਦੇ ਹਾਂ ਤਾਂ ਨੈਸ਼ਨਲ ਪੋਲਿਸੀ ਹੈ, ਕਿ ਨੈਸ਼ਨਲ ਪੋਲਿਸੀ ਦੇ ਖਿਲਾਫ ਨਾ ਤਾਂ ਬੀਜੇਪੀ ਬੋਲੂਗੀ ਅਤੇ ਨਾ ਅਸੀਂ ਬੋਲਾਂਗੇ। ਸੋ ਮੇਰਾ ਮਤਲਬ ਜਿੰਨਾ ਚਿਰ ਸਿੱਖ ਹਿੰਦੁੱਤਵ ਦੇ ਨਾਲ ਜੁੜੇ ਰਹਿਣਗੇ ਸਾਡੀ ਗੱਲ ਬਤੌਰ ਇੱਕ ਵੱਖਰੀ ਕੌਮ ਹੋ ਨਹੀਂ ਸਕਦੀ ਹੈਗੀ। ਜੂਨ 1984 ਜਦੋਂ ਵੀ ਆਉਂਦਾ ਹੈ ਚੇਤੇ, ਤਾਂ ਸਿੱਖਾਂ ਦੇ ਕਾਲਜੇ ਜਿਹੜੇ ਨੇ ਵਰੁੰਦੇ ਜਾਂਦੇ ਨੇ। ਤਾਂ ਬੀਤੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀਗੇ, ਉਹਨਾਂ ਨੇ ਇੱਕ ਬਿਆਨ ਦਿੱਤਾ ਕਿ
ਜੋ ਕੁਛ ਕਾਂਗਰਸ ਨੇ ਕੀਤਾ ਉਸਦੀ ਮੁਆਫ਼ੀ ਮੰਗੀ ਹੈ ਕਾਂਗਰਸ ਨੇ, ਪਰ ਜਿਹੜਾ ਬੀਜੇਪੀ ਨੇ ਕੀਤਾ, RSS ਨੇ ਕੀਤਾ, ਉਸਦੀ ਮੁਆਫ਼ੀ ਉਹਨਾਂ ਨੂੰ ਮੰਗਣੀ ਚਾਹੀਦੀ ਹੈ। ਇਸ ਉੱਤੇ ਅਸੀਂ ਚਰਚਾ ਕਰਾਂਗੇ, ਗੱਲਬਾਤ ਕਰਾਂਗੇ, ਕਿਉਂਕਿ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਇੱਕ ਆਫਿਸਰ ਸੀਗੇ, IPS ਆਫਿਸਰ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਉਸ ਚਾਰੀਆਂ ਚੀਜ਼ਾਂ ਨੂੰ ਲੈ ਕੇ। ਤਾਂ ਸੰਗਰੂਰ ਤੋਂ ਸਾਬਕਾ ਮੈਂਬਰ ਆਫ ਪਾਰਲੀਮੈਂਟ ਨੇ ਗੱਲਬਾਤ ਕਰਾਂਗੇ। ਮਾਨ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਿਆਨ ਦਿੱਤਾ ਕਿ ਕਾਂਗਰਸ ਨੇ ਜੋ ਕੁਛ ਕੀਤਾ, ਅਟੈਕ ਕਰਵਾਇਆ, ਸਿੱਖਾਂ ਨੂੰ ਮਾਰਿਆ, ਉਸ ਦੀ ਅਸੀਂ ਮਾਫ਼ੀ ਮੰਗ ਲਈ।